ਨਿਊਜ਼ੀਲੈਂਡ ਵਿਖੇ ਸੜਕ ਹਾਦਸੇ 'ਚ ਮਾਰੇ ਗਏ ਬਿਕਰਮਜੀਤ ਦਾ ਹੋਇਆ ਅੰਤਿਮ ਸੰਸਕਾਰ। ਨਿਊਜ਼ੀਲੈਂਡ 'ਚ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਗਏ ਪਿੰਡ ਬਲੱਗਣ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਦੇ 22 ਸਾਲਾ ਨੌਜਵਾਨ ਬਿਕਰਮਜੀਤ ਸਿੰਘ ਦੀ ਬੀਤੀ 29 ਅਕਤੂਬਰ ਨੂੰ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ, ਜਿਸ ਦੀ ਮ੍ਰਿਤਕ ਦੇਹ ਕੱਲ੍ਹ ਅੰਮ੍ਰਿਤਸਰ ਹਵਾਈ ਅੱਡੇ ਪਹੁੰਚੀ ਸੀ ਅਤੇ ਅੱਜ ਉਸ ਦਾ ਅੰਤਿਮ ਸੰਸਕਾਰ ਪਿੰਡ ਬਲੱਗਣ ਵਿਖੇ ਕੀਤਾ ਗਿਆ। ਇਸ ਮੌਕੇ 'ਤੇ ਬਿਕਰਮਜੀਤ ਦੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਭਾਰੀ ਗਿਣਤੀ ਵਿੱਚ ਇਲਾਕਾ ਵਾਸੀਆਂ ਨੇ ਬਿਕਰਮਜੀਤ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ। ਇਸ ਮੌਕੇ 'ਤੇ ਬਿਕਰਮਜੀਤ ਦੇ ਪਿਤਾ ਸਤਿੰਦਰ ਸਿੰਘ ਨੇ ਦੱਸਿਆ ਕਿ ਆਪਣੀ ਸਰਕਾਰ ਨੇ ਤਾਂ ਉਹਨਾਂ ਦੀ ਕੋਈ ਸਾਰ ਨਹੀਂ ਲਈ, ਪਰੰਤੂ ਨਿਊਜ਼ੀਲੈਂਡ ਦੇ ਪੰਜਾਬੀਆਂ ਨੇ ਉਹਨਾਂ ਦੀ ਬਹੁਤ ਮਦਦ ਕੀਤੀ ਹੈ, ਜਿਨ੍ਹਾਂ ਨੇ ਕਿ ਫੰਡ ਇਕੱਠਾ ਕਰਕੇ ਬਿਕਰਮਜੀਤ ਦੀ ਮ੍ਰਿਤਕ ਦੇ ਇੱਥੇ ਭੇਜੀ ਹੈ। ਇਹ ਸੰਯੋਗ ਸਾਰਾ ਨਿਊਜ਼ੀਲੈਂਡ ਵਾਲੇ, ਉੱਧਰ ਸਾਡਾ ਭਾਈਚਾਰੇ ਆ, ਪੰਜਾਬੀ ਆ, ਜਿਹਨਾਂ ਜੋ ਕੁਛ ਆ ਕੁਛ ਇਹਦੇ ਦੋਸਤ ਆ, ਉਹਨਾਂ ਕੀਤਾ ਸਾਰਾ ਕੁਛ। ਤੇ ਕਦੋਂ ਭੋਗ ਕਦੋਂ ਪੈ ਰਿਹਾ? ਕੱਲ ਨੂੰ ਪੈ ਰਿਹਾ ਹੈ, ਕੱਲ 7 ਤਰੀਕ ਨੂੰ। ਇਹਦੇ ਵਿੱਚ ਕੋਈ ਜਿਹੜੀ ਪ੍ਰਸ਼ਾਸਕ ਆ ਜਾਂ ਸਾਡੀ ਸਰਕਾਰ ਦੇ ਕਿਸੇ ਨੁਮਾਇੰਦੇ ਨੇ ਕਿਸੇ ਕਿਸਮ ਦੀ ਕੋਈ ਮਦਦ ਕੀਤੀ ਇਹਦੇ ਵਿੱਚ? ਨਹੀਂ, ਇਹ 'ਚ ਨਹੀਂ ਕਿਸੇ ਨੇ। ਬਿਕਰਮਜੀਤ ਨਾਲ ਸੜਕ ਹਾਦਸੇ ਦੌਰਾਨ ਜ਼ਖਮੀ ਹੋਏ ਨੌਜਵਾਨ ਅਮਿਤ ਸ਼ਰਮਾ ਵਾਸੀ ਸੰਗਰੂਰ ਦੇ ਪਿਤਾ ਬ੍ਰਿਜ ਮੋਹਨ, ਜੋ ਕਿ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਸਨ, ਨੇ ਦੱਸਿਆ ਕਿ ਸੜਕ ਹਾਦਸੇ 'ਚ ਉਹਨਾਂ ਦੇ ਬੇਟੇ ਦੀਆਂ ਦੋਵੇਂ ਲੱਤਾਂ ਅਤੇ ਰੀੜ੍ਹ ਦੀ ਹੱਡੀ ਨੁਕਸਾਨੀ ਗਈ ਹੈ ਅਤੇ ਉੱਥੋਂ ਦੇ ਪੰਜਾਬੀਆਂ ਨੇ ਉਸ ਦੀ ਬਹੁਤ ਮਦਦ ਕੀਤੀ ਹੈ, ਜੋ ਕਿ ਉਸਦਾ ਇਲਾਜ ਕਰਵਾ ਰਹੇ ਹਨ। ਰਾਮਤੀਰਥ ਤੋਂ ਅਜੀਤ ਵੈਬ ਟੀਵੀ ਲਈ ਧਰਵਿੰਦਰ ਸਿੰਘ ਔਲਖ ਦੀ ਰਿਪੋਰਟ। 20 ਤਰੀਕ ਨੂੰ ਰਾਤ ਨੂੰ ਸਾਨੂੰ 3 ਵਜੇ ਫੋਨ ਆਇਆ ਸੀਗਾ ਜੀ ਵੀ ਕਾਰ ਐਕਸੀਡੈਂਟ ਦੇ ਵਿੱਚ ਤਿੰਨੋਂ ਬੱਚੇ ਜਿਹੜੇ ਆਪਣੇ ਦੋਸਤ ਸੀਗੇ ਉਹ ਗੰਭੀਰ ਜ਼ਖਮੀ ਹੋਏ ਨੇਗੇ ਅਤੇ ਬਾਅਦ ਵਿੱਚ ਸਾਨੂੰ ਪਤਾ ਲੱਗਿਆ ਵੀ 2-3 ਦਿਨਾਂ ਬਾਅਦ ਵੀ ਦੋ ਬੱਚੇ ਤਾਂ ਮਤਲਬ ਡੈਥ ਹੋ ਗਈ ਮੌਕੇ 'ਤੇ ਅਤੇ ਸਾਡਾ ਬੱਚਾ ਜਿਹੜਾ ਹੈਗਾ ਜੇਰੇ ਇਲਾਜ ਆ ਮੌਕੇ 'ਤੇ ਹੈਲੀਕਾਪਟਰ ਹੋਸਪਿਟਲ ਵੱਲੋਂ ਪਹੁੰਚ ਚੁੱਕਿਆ ਸੀਗਾ ਅਤੇ ਉਹ ਸਾਡੇ ਬੇਟੇ ਨੂੰ ਹੋਸਪਿਟਲ ਜਾ ਕੇ ਐਡਮਿਟ ਕਰਾਇਆ। ਅੱਗੇ ਪੰਜਾਬੀ ਦੋਸਤ ਮਿੱਤਰ ਸੀਗੇ, ਅਸੀਂ ਉਹਨਾਂ ਨੂੰ ਫੋਨ ਕੀਤੇ, ਉਹ ਉੱਥੇ ਹੋਸਪਿਟਲ ਚਲੇ ਗਏ ਅਤੇ ਉਹਨਾਂ ਨੇ ਉਹਨਾਂ ਦੀ ਪੇਪਰ ਫਾਰਮੈਲਿਟੀ ਪੂਰੀ ਕਰਾ ਕੇ 17 ਘੰਟੇ ਸਾਡੇ ਬੱਚੇ ਦੀ ਸਰਜਰੀ ਹੋਈ ਸੀ। ਬਹੁਤ ਵਧੀਆ ਪੰਜਾਬੀਆਂ ਨੇ ਉੱਥੇ ਸਹਿਯੋਗ ਦਿੱਤਾ, ਬੜੀ ਦੁਨੀਆ ਉਹਨਾਂ ਨੂੰ ਮਿਲਣ ਵਾਸਤੇ ਜਾ ਰਹੀ ਆ, ਬੜੀਆਂ ਦੁਆਵਾਂ ਕਰ ਰਹੇ ਨੇ ਉਸ ਬੱਚੇ ਵਾਸਤੇ। ਅਸੀਂ ਕਹਿੰਦੇ ਸੀ ਵੀ ਜਿੱਦਾਂ ਦੀ ਇਹਦੇ ਸੱਟ ਲੱਗੀ ਆ ਉਹ ਦੋ ਬੱਚਿਆਂ ਦੀ ਵੀ ਸੱਟ ਲੱਗ ਜਾਂਦੀ ਅਤੇ ਅੱਜ ਉਹ ਵੀ ਆਪਣੇ ਮਾਂ ਪਿਓ ਦੇ ਕੋਲ ਹੁੰਦੇ, ਇਲਾਜ ਹੋ ਕੇ ਤੰਦਰੁਸਤ ਹੋ ਕੇ ਆਪਣੇ ਇੰਡੀਆ ਪਰਤਦੇ, ਲੇਕਿਨ ਭਾਣਾ ਕੁਛ ਹੋਰ ਹੀ ਪਰਮਾਤਮਾ ਨੂੰ ਮਨਜ਼ੂਰ ਸੀ ਜੀ। ਜਦੋਂ ਸਾਨੂੰ ਪਤਾ ਲੱਗਿਆ ਸੀ, ਅਸੀਂ ਮੇਰੀ ਬੇਟੀ ਨੂੰ ਫਿਰ ਅਸੀਂ ਤੁਰੰਤ ਵੀਜ਼ਾ ਲਵਾਇਆ ਸੀਗਾ ਜੀ। ਇੱਕ ਦਿਨ ਉਹ ਦਿੱਲੀ ਜਾ ਕੇ ਵਾਪਸ ਆ ਗਏ ਸੀ, ਉਸ ਦਿਨ ਵੀਜ਼ਾ ਨਹੀਂ ਲੱਗ ਪਾਇਆ ਪੇਪਰ ਫਾਰਮ। ਅਗਲੇ ਦਿਨ ਮਤਲਬ ਬੁੱਧਵਾਰ ਨੂੰ ਉਹਨਾਂ ਦਾ ਵੀਜ਼ਾ ਲੱਗ ਗਿਆ ਜੀ, ਸ਼ਾਮ ਨੂੰ 6 ਵਜੇ। ਅਸੀਂ ਫਿਰ 2:30 ਵਜੇ ਸੰਗਰੂਰ ਤੋਂ ਚੱਲੇ ਸੀ ਅਤੇ 11:10 ਦੇ ਫਲਾਈਟ ਸੀ। ਹੁਣ ਉਹ ਮੇਰੀ ਬੇਟੀ ਪਲੱਸ ਇੰਡੀਆ ਦੇ ਜਿੰਨੇ ਲੋਕ ਉੱਥੇ ਪਹੁੰਚੇ ਹੋਏ ਨੇ, ਸਮਾਜ ਸੇਵਕ ਅਤੇ ਮਤਲਬ ਗੁਰਦੁਆਰਾ ਸਾਹਿਬ ਦੀਆਂ ਸੰਸਥਾਵਾਂ ਸਾਰੀਆਂ ਮੇਰੀ ਬੇਟੀ ਨੂੰ ਪੂਰਾ ਸਹਿਯੋਗ ਦੇ ਰਹੀਆਂ ਨੇ ਅਤੇ ਦੇਖਭਾਲ ਕਰ ਰਹੀ ਹੈ ਮੇਰੀ ਬੇਟੀ। ਹਾਲਤ ਦੋਨੇ ਲੱਤਾਂ ਡੈਮੇਜ ਨੇ ਜੀ, ਉਹਦੀਆਂ ਰੀੜ੍ਹ ਦੀ ਹੱਡੀ ਡੈਮੇਜ ਹੈ ਅਤੇ ਕੱਲ੍ਹ 5 ਤਰੀਕ ਨੂੰ ਉਹਦਾ ਆਪਰੇਸ਼ਨ ਪੇਟ ਦਾ ਹੋਇਆਗਾ, ਉਹਦੇ ਵਿੱਚ ਕੋਈ ਪ੍ਰੋਬਲਮ ਆ ਗਈ ਸੀਗੀ ਅਤੇ ਉਹ ਵੀ ਅੱਜ ਬੇਟੀ ਦਾ ਸਵੇਰੇ ਫੋਨ ਆਇਆ ਵੀ ਆਪਰੇਸ਼ਨ ਠੀਕ ਹੈਗਾ ਅਤੇ ਡੈਡੀ ਕੋਈ ਗੱਲ ਨਹੀਂ ਘਬਰਾਉਣ ਦੀ। ਡਾਕਟਰ ਬਹੁਤ ਵਧੀਆ ਨੇ ਗੇ, ਗੋਰੇ ਡਾਕਟਰ ਨੇ, ਹਰ ਇੱਕ ਡਾਕਟਰ ਹਰ ਇੱਕ ਚੀਜ਼ ਦਾ ਸਪੈਸ਼ਲਿਸਟ ਹੈਗਾ ਅਤੇ ਉਮੀਦ ਆ ਵੀ ਉਹ ਜਲਦੀ ਠੀਕ ਹੋ ਕੇ ਇੰਡੀਆ ਆਊਗਾ। ਕੋਈ ਨਹੀਂ ਇੱਧਰੋਂ ਕੋਈ ਸਾਨੂੰ ਕਿਸੇ ਪਾਸੇ ਕੋਈ ਰਿਸਪੋਂਸ ਨਹੀਂ ਆਇਆ, ਬਸ ਦੋਸਤ ਮਿੱਤਰ ਆ ਜਾਂਦੇ ਹਨ ਵੀ ਸਾਨੂੰ ਦੱਸੋ ਜੀ ਕੋਈ ਸੇਵਾ ਹੋਵੇ ਅਤੇ ਜੋ ਕੁਛ ਹੋ ਰਿਹਾ ਉੱਧਰੋਂ ਹੋ ਰਿਹਾ, ਅਸੀਂ ਆਪਣੇ ਦਮ 'ਤੇ ਉਹ ਕਰ ਰਹੇ ਹਾਂ, ਕੋਈ ਐਸੀ ਗੱਲ ਨਹੀਂ। ਪੂਰਾ ਹੰਗਾਰਾ ਮਿਲ ਰਿਹਾ ਸਾਨੂੰ ਉੱਧਰੋਂ ਵੀ ਕਿਸੇ ਕਿਸਮ ਦੀ ਕੋਈ ਲੋੜ ਹੋਵੇ ਤੁਹਾਡੀ ਅਸੀਂ ਪੂਰੀ ਮਦਦ ਕਰਾਂਗੇ ਜੀ, ਘਬਰਾਓ ਨਾ ਤੁਸੀਂ। ਇਸ ਕਰਕੇ ਮੇਰੀ ਬੇਟੀ ਨੂੰ ਉੱਥੇ ਪੂਰਾ ਸਹਿਯੋਗ ਮਿਲ ਰਿਹਾ ਹੈਗਾ ਜੀ। ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਗੁਰਕਿਰਪਾਲ ਸਿੰਘ ਗੋਰਾ, ਪਿੰਡ ਬਲੱਗਣ ਵਸਨੀਕ, ਇਸੇ ਪਿੰਡ ਦੇ ਨਾਲ ਸੰਬੰਧਿਤ ਹਾਂ। ਇਹ ਜੋ ਹਾਸਾ ਮੈਂ ਨਿਊਜ਼ੀਲੈਂਡ ਵਿੱਚ ਰੈਜੀਡੈਂਟ ਸੀ, ਪਰਮਾਨੈਂਟ ਹਾਂ। ਇਹ ਜੋ ਹਾਸਾ ਹੋਇਆ ਇਹ ਨਿਊਜ਼ੀਲੈਂਡ ਦੇ ਵਿੱਚ, ਉੱਥੇ ਸਾਡੇ ਕੋਲ ਹੀ ਹਾਸਾ ਹੋਇਆ, ਸਾਡੇ ਤੋਂ ਕੁਛ ਥੋੜ੍ਹਾ ਕੁ ਦੂਰ ਜਾ ਕੇ ਹਾਸਾ ਹੋਇਆ। ਸਾਡੇ ਨਿਊਜ਼ੀਲੈਂਡ ਦੇ ਸਮੁੱਚੇ ਪੰਜਾਬੀ ਭਾਈਚਾਰੇ ਵੱਲੋਂ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਨੂੰ ਦੁਖੀ ਹਿਰਦੇ ਦੇ ਨਾਲ ਹਮਦਰਦੀ ਪ੍ਰਗਟਾਈ ਜਾਂਦੀ ਹੈ ਅਤੇ ਮੇਰੇ ਵੱਲੋਂ ਇਹ ਸਾਰੇ ਇਲਾਕਾ ਨਿਵਾਸੀਆਂ ਨੂੰ ਇਹ ਦੁੱਖ ਦੀ ਘੜੀ ਵਿੱਚ ਬਹੁਤ ਹੀ ਦੁੱਖ ਭਰੇ ਦਰਦ ਆ ਸਾਡੇ ਅਤੇ ਸਾਰੇ ਹੀ ਸਮੁੱਚੇ ਹੀ ਪੰਜਾਬੀ ਭਾਈਚਾਰੇ ਵੱਲੋਂ। ਇਹ ਜੋ ਹਾਸਾ ਹੈ ਇਹ ਕਦੀ ਭੁਲਾਉਣ ਵਾਲਾ ਹਾਸਾ ਨਹੀਂ ਹੈਗਾ। ਇਹ ਬਿਕਰਮਜੀਤ ਸਿੰਘ ਹੀ ਜੋ ਇਹ ਨਿਊਜ਼ੀਲੈਂਡ ਵਿੱਚ ਸਾਰੇ ਹੀ ਪੰਜਾਬੀਆਂ ਦੇ ਦਿਲਾਂ 'ਚ ਵੱਸਦਾ ਸੀ, ਇਹ ਬਹੁਤ ਹੀ ਨੇਕ ਸੁਭਾਅ ਦਾ ਇਹ ਵਿਦਿਆਰਥੀ ਸੀ ਅਤੇ ਆਗਿਆਕਾਰ ਬੱਚਾ ਹੀ ਮਾਂ ਪਿਓ ਦਾ। ਸੋ ਇਹਨੂੰ ਅਸੀਂ ਕਦੀ ਭੁਲਾ ਨਹੀਂ ਸਕਦੇ। ਇਸ ਕਰਕੇ ਬਹੁਤ ਹੀ ਦੁਖਦਾਈ ਘਟਨਾ ਹੈ ਜੋ ਨਿਊਜ਼ੀਲੈਂਡ ਦੇ ਵਿੱਚ ਇਹ ਘਟੀ ਹੈ। ਇਹ ਬਹੁਤ ਹੀ ਨੇਕ ਬੱਚਾ ਸੀ ਜੋ ਮਾਪਿਆਂ ਨੂੰ ਕਦੀ ਮਿਲਣਾ ਨਹੀਂ।